ਭਾਜਪਾ ਪੰਜਾਬ ਪ੍ਰਧਾਨ ਦਾ ਅਹੁਦਾ ਸੰਭਾਲਣ ਤੋਂ ਬਾਅਦ ਅੱਜ ਸੁਨੀਲ ਜਾਖੜ ਭਾਜਪਾ ਦੀ ਪੂਰੀ ਟੀਮ ਦੇ ਨਾਲ ਜਿਹੜੇ ਕਿ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਦੇ ਲਈ ਪਹੁੰਚੇ ਨੇ ਜੀ। ਹਾਂ, ਸਮੁੱਚੀ ਲੀਡਰਸ਼ਿਪ ਉਹਨਾਂ ਦੇ ਨਾਲ ਪਹੁੰਚੀ ਹੈ ਅਤੇ ਵੱਡੇ ਆਗੂ ਵੀ ਉਹਨਾਂ ਦੇ ਨਾਲ ਨੇ ਜੀ। ਹਾਂ, ਤੁਹਾਨੂੰ ਦੱਸ ਦਈਏ ਕਿ ਇਸ ਦੌਰਾਨ ਪੱਤਰਕਾਰ ਨਾਲ ਗੱਲਬਾਤ ਕਰਦੇ ਭਾਜਪਾ ਦੇ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੱਧੂ ਨੇ ਕਿਹਾ ਕਿ ਸੁਨੀਲ ਜਾਖੜ ਦੇ ਭਾਜਪਾ ਦੇ ਪ੍ਰਧਾਨ ਕਿਹਾ ਕਿ ਸੁਨੀਲ ਜਾਖੜ ਦੇ ਭਾਜਪਾ ਦੇ ਪੰਜਾਬ ਪ੍ਰਧਾਨ ਬਣਨ ਦੇ ਨਾਲ ਪੰਜਾਬ ਵਿੱਚ ਭਾਰਤ ਨੂੰ ਹੋਰ ਮਜ਼ਬੂਤੀ ਮਿਲੇਗੀ ਅਤੇ ਨਾਲ ਹੀ ਇਸ ਨੂੰ ਲੈ ਕੇ ਜਦੋਂ ਦੂਜਾ ਸਵਾਲ ਪੁੱਛੇ ਗਏ ਕਿ ਭਾਜਪਾ ਵਿੱਚ ਹੋ ਰਹੇ ਸੁਨੀਲ ਜਾਖੜ ਦੇ ਵਿਰੋਧ ਅਤੇ ਤੁਸੀਂ ਕੀ ਕਹਿਣਾ ਚਾਹੋਗੇ ਤਾਂ ਉਹਨਾਂ ਨੇ ਗੱਲ ਸਾਫ਼ ਕੀਤੀ ਹੈ ਕਿ ਜਦੋਂ ਦੂਸਰੀ ਪਾਰਟੀ ਜੋ ਕੋਈ ਨੇਤਾ ਆਉਂਦਾ ਹੈ ਉਸ ਨੂੰ ਇੰਨੀ ਵੱਡੀ ਜ਼ਿੰਮੇਵਾਰੀ ਮਿਲੇ ਤਾਂ ਕੁਝ ਲੋਕ ਵਿਰੋਧ ਤਾਂ ਕਰਦੇ ਹੀ ਨੇ। ਅਤੇ ਨਾਲ ਹੀ ਪੱਤਰਕਾਰ ਜਦੋਂ ਇਹ ਵੀ ਸਵਾਲ ਪੁੱਛਿਆ ਕਿ ਭਾਈ ਵਾਲੀ ਪਾਰਟੀ ਤੁਸੀਂ ਨਿਭਾ ਸਕਦੇ ਹੋ, ਭਾਈ ਵਾਲੀ 2024 ਵਿੱਚ ਕਰ ਸਕਦੇ ਹੋ ਅਕਾਲੀਆਂ ਦੇ ਨਾਲ, ਤਾਂ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਭਾਜਪਾ ਪੰਜਾਬ ਦੇ ਵਿੱਚ ਇਕੱਲੇ ਚੋਣ ਲੜਨ ਦੇ ਲਈ ਤਿਆਰ ਹੈ ਅਤੇ ਅਜਿਹੇ ਵਿੱਚ ਉਹਨਾਂ ਨੇ ਇਹ ਵੀ ਗੱਲ ਸਾਫ਼ ਕੀਤੀ ਹੈ ਕਿ ਅਕਾਲੀ ਦਲ ਭਾਜਪਾ ਦੇ ਗਠਜੋੜ ਲਈ ਜੇਕਰ ਕੋਈ ਸੀਨੀਅਰ ਭਾਜਪਾ ਦੀ ਲੀਡਰਸ਼ਿਪ ਫੈਸਲਾ ਲਵੇਗੀ ਤਾਂ ਉਹ ਭਾਜਪਾ ਨੂੰ ਮਨਜ਼ੂਰ ਹੋਵੇਗਾ। ਅੱਜ ਸਮੁੱਚੇ ਪੰਜਾਬ ਦੇ ਵਿੱਚ ਬੜਾ ਉਤਸ਼ਾਹ ਹੈਗਾ ਇਸ ਗੱਲ ਦਾ ਕਿ ਵੀ ਅੱਜ ਪੰਜਾਬ ਦੇ ਵਿੱਚ ਬੜਾ ਧੜਦਾਰ ਲੀਡਰ ਆ ਜਗਦੂ ਨੂੰ, ਔਰ ਤੁਸੀਂ ਦੇਖਿਆ ਹੋਵੇ ਕਿਵੇਂ ਹਜ਼ਾਰਾਂ ਦੀ ਤਾਦਾਦ 'ਚ ਲੋਕ ਜਿਹੜੇ ਖੇਡ ਤੇ ਜਾ ਇੱਥੇ ਦਰਬਾਰ ਸਾਹਿਬ ਉਹਦਾ ਸਵਾਗਤ ਕਰਨ ਖੜੇ ਨੇ, ਔਰ ਲੋਕਾਂ ਨੂੰ ਇੱਕ ਉਮੀਦ ਹੈ ਕਿ ਵੀ ਇਸ ਲੀਡਰ ਤੋਂ ਕਿ ਪੰਜਾਬ ਦੇ ਜਿਹੜੇ ਹਾਲਾਤ ਨੇ ਜਾਂ ਜੋ ਆਰਥਿਕ ਮੰਦਹਾਲੀ ਹੈ ਜਾਂ ਪੰਜਾਬ ਦੇ ਵਿੱਚ ਹੋਰ ਕਈ ਨਸ਼ੇ ਦੇ ਮੁੱਦੇ ਨੇ ਜਾਂ ਹੋਰ ਨੇ ਉਹਨੂੰ ਦੂਰ ਕਰਨ ਦੇ ਸਮਰੱਥ ਹੋਏਗਾ, ਪਲੱਸ ਜਿਹੜਾ ਅੱਜ ਬੀਜੇਪੀ ਕੱਲ ਇਲੈਕਸ਼ਨ ਲੜਨ ਦੇ ਸਮਰੱਥ ਹੈ। ਸਰ, ਅਕਾਲੀ ਬੀਜੇਪੀ ਦਾ ਫਿਰ ਤੋਂ ਗਠਜੋੜ ਮੈਂ ਤੁਹਾਨੂੰ ਕਹਿ ਰਿਹਾ ਵੀ ਉਹ ਇੱਕ ਹਾਈ ਕਮਾਂਡ ਦਾ ਉੱਪਰਲਾ ਸਾਡੇ ਸਿਰ ਤੋਂ ਉੱਪਰਲੀ ਗੱਲ ਹੈ, ਉਹਦਾ ਹਾਈ ਕਮਾਂਡ ਦਾ ਜੋ ਫੈਸਲਾ ਪਤਾ ਨਹੀਂ ਕੀ ਹੋਣਾ ਕੀ ਨਹੀਂ ਹੋਣਾ, ਪਰ ਅੱਜ ਬੀਜੇਪੀ ਆਪਣੇ ਆਪ 'ਚ ਸਮਰੱਥ ਹੈਗੀ ਇਕੱਲੇ ਇਲੈਕਸ਼ਨ ਲੜਨ ਦੇ ਵਿੱਚ। ਜਾਖੜ ਸਾਹਿਬ ਦਾ ਵਿਰੋਧ ਵੀ ਬੀਜੇਪੀ ਆਗੂਆਂ ਵੱਲੋਂ ਕੀਤਾ ਜਾ ਰਿਹਾ, ਥੋੜਾ ਬਹੁਤਾ ਜਿਹੜੇ ਹੁੰਦੇ ਨੇ ਉਹ ਸਾਡੇ ਪਹਿਲੇ ਦੇ ਜਿੰਨੇ ਵੀ ਲੀਡਰ ਹੁੰਦੇ ਉਹ ਸਾਰੇ ਆਪਣੇ ਸਮੇਂ ਤੇ ਕੰਮ ਕੀਤਾ ਹੁੰਦਾ, ਲੇਕਿਨ ਕੋਈ ਜਿਹੜੇ ਛੋਟੇ ਮੋਟੇ ਹੁੰਦੇ ਮੈਂ ਕਿਸੇ ਕੋਲ ਪ੍ਰੋਬ ਨਹੀਂ ਕੀਤਾ, ਸਾਰੇ ਲੀਡਰ ਧੰਨਵਾਦ ਸਰ। ਲੀਡਰ ਹੈ, ਸਾਫ ਸੁਥਰੇ ਉਨਕੀ ਇਮੇਜ ਹੈ, ਔਰ ਜਾਖੜ ਜੀ ਨੇ ਵੀ ਭਾਰਤੀ ਜਨਤਾ ਪਾਰਟੀ ਮੇ ਆਨੇ ਕੇ ਬਾਅਦ ਪਾਰਟੀ ਕੇ ਲੀਏ ਉਹਨੇ ਇੱਕ ਪੂਰਾ ਆਪਣਾ ਵੀ ਇੱਕ ਰਿਸਪੋਂਸਿਬਿਲਿਟੀ ਉਹਨੇ ਸਵੀਕਾਰੀ ਹੈ, ਔਰ ਭਾਰਤੀ ਜਨਤਾ ਪਾਰਟੀ ਕੀ ਪੂਰੀ ਕੇਡਰ ਉਨਕੇ ਸਾਥ ਰਹੇਗੀ, ਔਰ ਮੁਝੇ ਪੂਰੀ ਉਮੀਦ ਹੈ ਕਿ ਆਨੇ ਵਾਲੇ ਦਿਨ ਮੇ ਜਾਖੜ ਜੀ ਕੇ ਨੇਤ੍ਰਤਵ ਮੇ ਭਾਰਤੀ ਜਨਤਾ ਪਾਰਟੀ ਪੰਜਾਬ ਮੇ ਆਗੇ ਬਢੇਗੀ। ਦੇਖੀਏ, ਪੰਜਾਬ ਸਰਕਾਰ ਤੋਂ ਸਰਕਾਰੀ ਨਹੀਂ ਹੈ, ਪੂਰੀ ਜਨਤਾ ਮਾਯੂਸੀ ਜਨਤਾ ਮੇ ਛਾਏ ਹੋਏ ਹੈ, ਕਿਉਂਕਿ ਜੋ ਵਾਅਦਾ ਕੀਆ ਥਾ ਕੋਈ ਵਾਅਦਾ ਵੀ ਨਹੀਂ ਹੁਆ, ਔਰ ਪ੍ਰਤੀ ਦਿਨ ਬਿਗੜ ਰਹੀ ਹੈ ਭਾਰਤੀ ਪਾਰਟੀ।